न्यूयॉर्क ਦੇ ਵਿੱਚ ਇੱਕ ਸਿੱਖ ਨੇ ਅਜਿਹਾ ਕੀ ਕਰ ਦਿੱਤਾ ਕਿ ਨਿਊਯਾਰਕ ਦੀ ਪੁਲਿਸ ਤੇ ਐਫਬੀਆਈ ਨੂੰ ਭਾਜਣਾ ਪੈ ਗਿਆ। ਅਜਿਹਾ ਕੀ ਹੋਇਆ ਨਿਊਯਾਰਕ ਦੇ ਵਿੱਚ ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ। ਇਹ ਘਟਨਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਹੈ ਜਿੱਥੇ ਗੁਰਸਿੱਖ ਦੇ ਕੀਤੀ ਨਾਮਬਾਣੀ ਦੀ ਕਮਾਈ ਇੱਕ ਅਫਰੀਕੀ ਨੂੰ ਲੱਗ ਗਈ ਜਿਸ ਨੇ ਉਸ ਦੀ ਜਾਨ ਬਚਾ ਲਈ। ਜੋ ਮਨੁੱਖ ਨਾਮ ਜਪਦਾ ਹੈ ਉਸ ਦਾ ਅਸਰ ਚਾਰੇ ਪਾਸੇ ਹੁੰਦਾ ਹੈ, ਉਹ ਇਸ ਘਟਨਾ ਤੋਂ ਸਾਬਤ ਹੋ ਜਾਂਦਾ ਹੈ। ਇਹ ਘਟਨਾ 1992 ਦੀ ਹੈ ਜਦੋਂ ਅਮਰੀਕਾ ਦੇ ਵਿੱਚ ਅਫਰੀਕੀਆਂ ਦੇ ਹਮਲੇ ਜ਼ੋਰਾਂ 'ਤੇ ਸੀ। ਕੁਝ ਇਲਾਕਿਆਂ ਦੇ ਵਿੱਚ ਤਾਂ ਘਰਾਂ ਦੇ ਵਿੱਚ ਵੀ ਲੁੱਟਾਂ, ਖੋਹਾਂ ਅਤੇ ਕਤਲ ਦੀਆਂ ਘਟਨਾਵਾਂ ਆਮ ਜਿਹੀਆਂ ਹੋ ਗਈਆਂ ਸੀ। ਕਈ ਤਰ੍ਹਾਂ ਦੇ ਗੈਂਗ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਕੰਮ ਕਰਦੇ ਸੀ। ਪੂਰਾ ਅਮਰੀਕਾ ਇਸ ਗੱਲ ਤੋਂ ਉਹਨਾਂ ਸਮਿਆਂ ਦੇ ਵਿੱਚ ਪਰੇਸ਼ਾਨ ਸੀ। ਡਰ ਦੇ ਸਹਿਮ ਦੇ ਵਿੱਚ ਜੀਣ ਦੇ ਲਈ ਮਜਬੂਰ ਸੀ। ਹਨੇਰਾ ਹੁੰਦਿਆਂ ਹੀ ਕੋਈ ਬਾਹਰ ਨਹੀਂ ਨਿਕਲ ਕੇ ਰਾਜ਼ੀ ਸੀ। ਕੁਝ ਕੁ ਇਲਾਕੇ ਡਰ ਦੇ ਮਾਹੌਲ ਦੇ ਵਿੱਚ ਰਹਿੰਦੇ ਸੀ। ਐਡਮ ਕੋਲਿਨਸ ਇੱਕ ਬੇਕਰੀ ਦੇ ਵਿੱਚ ਕੰਮ ਕਰਦਾ ਸੀ ਅਤੇ ਅਫਰੀਕੀ ਮੂਲ ਦਾ ਅਮਰੀਕਨ ਨਾਗਰਿਕ ਸੀ। ਦੱਸਿਆ ਜਾਂਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਸਾਰੇ ਅਫਰੀਕੀ ਲੋਕਾਂ ਦੇ ਲਈ ਨਫ਼ਰਤ ਫੈਲ ਗਈ ਸੀ, ਜਿਵੇਂ ਕੁਝ ਕੁ ਮੁਸਲਮਾਨਾਂ ਕਰਕੇ ਹਰ ਇੱਕ ਮੁਸਲਮਾਨ ਨਾਲ ਅੱਜ ਲੋਕਾਂ ਦੇ ਵਿੱਚ ਨਫ਼ਰਤ ਦੀ ਭਾਵਨਾ ਜਾਗ ਰਹੀ ਹੈ, ਜੋ ਕਿ ਸ਼ਰੇਆਮ ਗਲਤ ਅਤੇ ਸ਼ਰਮਨਾਕ ਹੈ, ਕਿਉਂਕਿ ਕੁਝ ਕੁ ਬੰਦਿਆਂ ਦੇ ਗਲਤ ਹੋ ਜਾਣ ਨਾਲ ਪੂਰੀ ਕੌਮ ਗਲਤ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਐਡਮ ਵੀ ਅਫਰੀਕੀ ਸੀ ਅਤੇ ਆਪਣੀ ਦੇਖ ਕਰਕੇ ਉਹ ਵੀ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ ਸੀ। ਉਹ ਆਪਣੇ ਪਰਿਵਾਰ ਦੇ ਲਈ ਨਿਰੰਤਰ ਕੰਮ ਕਰ ਰਿਹਾ ਸੀ, ਪਰ ਕਹਿੰਦੇ ਨੇ ਬੁਰਾ ਸਮਾਂ ਦੱਸ ਕੇ ਨਹੀਂ ਆਉਂਦਾ। ਅਜਿਹਾ ਹੀ ਕੁਝ ਐਡਮ ਦੇ ਨਾਲ ਹੋਇਆ। ਇੱਕ ਰਾਤ ਬੇਕਰੀ ਬੰਦ ਕਰਕੇ ਆਪਣੇ ਉਹ ਘਰ ਪਰਤ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਇੱਕ ਗੈਂਗ ਕਿਸੇ ਕਤਲ ਨੂੰ ਅੰਜਾਮ ਦੇ ਕੇ ਦੌੜਿਆ ਸੀ। ਮਾੜੀ ਕਿਸਮਤ ਨੂੰ ਐਡਮ ਵੀ ਉਸ ਇਲਾਕੇ ਦੇ ਵਿੱਚੋਂ ਲੰਘ ਰਿਹਾ ਸੀ ਅਤੇ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਸੀ। ਉਸ ਗੈਂਗ ਨੂੰ ਆਪਣੇ ਵੱਲ ਆਉਂਦਿਆਂ ਦੇਖ ਐਡਮ ਡਰ ਗਿਆ ਅਤੇ ਉਸ ਨੂੰ ਲੱਗਿਆ ਕਿ ਉਹ ਲੋਕ ਉਸ ਨੂੰ ਮਾਰਨ ਵਾਸਤੇ ਉਸ ਵੱਲ ਆ ਰਹੇ ਨੇ। ਇੱਕ ਰਾਤ ਦਾ ਸਮਾਂ ਸੀ ਅਤੇ ਇਲਾਕਾ ਵੀ ਸਹੀ ਨਹੀਂ ਸੀ। ਐਡਮ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਅਤੇ ਇਹਨੇ ਲੋਕਾਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਹ ਡਰ ਗਿਆ ਅਤੇ ਉਸ ਨੂੰ ਵੀ ਭੱਜਣਾ ਸ਼ੁਰੂ ਕਰ ਦਿੱਤਾ। ਪਰ ਪੁਲਿਸ ਦੇ ਘੇਰੇ ਤੋਂ ਉਹ ਗੈਂਗ ਬਚ ਨਾ ਸਕਿਆ ਅਤੇ ਨਾਲ ਦੀ ਨਾਲ ਐਡਮ ਵੀ ਫਸ ਗਿਆ। ਉਸ ਵੇਲੇ ਸਾਰੇ ਗੈਂਗ ਨਾਲ ਐਡਮ ਨੂੰ ਵੀ ਫੜ ਲਿਆ ਗਿਆ। ਗੱਡੀ ਦੇ ਵਿੱਚ ਪਾ ਕੇ ਪੁਲਿਸ ਸਟੇਸ਼ਨ ਲਿਆਂਦਾ ਗਿਆ। ਐਡਮ ਨੇ ਪੁਲਿਸ ਨੂੰ ਬਹੁਤ ਸਮਝਾਇਆ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ। ਆਖਿਰ ਗੱਡੀ ਦੇ ਵਿੱਚ ਉਹ ਪੁਲਿਸ ਨੂੰ ਬੋਲਦਾ ਗਿਆ, ਪਰਮਾਤਮਾ ਦੀ ਮਰਜ਼ੀ ਸਮਝ ਲਵੋ ਜਾਂ ਉਸ ਦੇ ਚੰਗੇ ਕਰਮ। ਉਸ ਗੱਡੀ ਦੇ ਵਿੱਚ ਇੱਕ ਸਿੱਖ ਪੁਲਿਸ ਅਫਸਰ ਵੀ ਸੀ। ਉਸ ਨੇ ਐਡਮ ਨੂੰ ਚੁੱਪ ਕਰਨ ਦੇ ਲਈ ਕਿਹਾ ਅਤੇ ਆਪ ਉਹ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਲੱਗ ਪਿਆ। ਐਡਮ ਵੀ ਇੱਕ ਧਾਰਮਿਕ ਬੰਦਾ ਸੀ ਅਤੇ ਉਹ ਸਰਦਾਰ ਅਫਸਰ ਦੇ ਕਹਿਣ 'ਤੇ ਇੱਕੋ ਵਾਰ ਕਹੇ 'ਤੇ ਚੁੱਪ ਹੋ ਗਿਆ, ਕਿਉਂਕਿ ਉਹ ਦੂਜੇ ਧਰਮਾਂ ਦੀ ਇੱਜ਼ਤ ਕਰਦਾ ਸੀ। ਪਰ ਐਡਮ ਵੱਲ ਵੇਖ ਕੇ ਉਹ ਸਰਦਾਰ ਅਫਸਰ ਬਹੁਤ ਹੈਰਾਨ ਹੋਇਆ ਕਿ ਅਚਾਨਕ ਹੀ ਇੱਕ ਵਾਰ ਕਹਿਣ 'ਤੇ ਕਿਵੇਂ ਚੁੱਪ ਹੋ ਗਿਆ, ਕਿਉਂਕਿ ਅਜਿਹੇ ਗੈਂਗਾਂ ਦੇ ਨਾਲ ਉਹਨਾਂ ਦੇ ਪਹਿਲਾਂ ਵੀ ਟਾਕਰੇ ਹੋਏ ਸੀ। ਉਹਨਾਂ ਕਦੇ ਵੀ ਅਜਿਹਾ ਵਰਤਾਵ ਨਹੀਂ ਕੀਤਾ। ਸੋ ਸਰਦਾਰ ਅਫਸਰ ਨੇ ਆਪਣਾ ਪਾਠ ਸੰਪੂਰਨ ਕੀਤਾ। ਐਡਮ ਧਿਆਨ ਦੇ ਨਾਲ ਸੁਣਦਾ ਰਿਹਾ ਅਤੇ ਜਦੋਂ ਅਰਦਾਸ ਕਰਕੇ ਉਸਨੇ ਫਤਿਹ ਬੁਲਾਈ ਤਾਂ ਐਡਮ ਦੇ ਮੂੰਹ ਦੇ ਵਿੱਚੋਂ ਵੀ ਵਾਹਿਗੁਰੂ ਨਿਕਲ ਗਿਆ। ਐਡਮ ਦੇ ਮੂੰਹੋਂ ਵਾਹਿਗੁਰੂ ਸੁਣ ਕੇ ਸਰਦਾਰ ਅਫਸਰ ਨੂੰ ਪੱਕਾ ਯਕੀਨ ਹੋ ਗਿਆ ਕਿ ਉਹ ਇਸ ਗੈਂਗ ਦਾ ਮੈਂਬਰ ਨਹੀਂ ਹੈ। ਪਰ ਸਾਰੇ ਗੈਂਗ ਦੇ ਨਾਲ ਉਹ ਫੜਿਆ ਗਿਆ ਸੀ ਤਾਂ ਇੱਕਦਮ ਸੋਚ ਕੇ ਉਹ ਉਸ ਨੂੰ ਛੱਡ ਨਹੀਂ ਸੀ ਸਕਦਾ। ਰਾਤ ਸਮੇਂ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਅਤੇ ਸਵੇਰੇ ਜਦੋਂ ਸਰਦਾਰ ਪੁਲਿਸ ਅਫਸਰ ਡਿਊਟੀ 'ਤੇ ਆਇਆ ਤਾਂ ਐਡਮ ਦੇ ਨਾਲ ਸਾਰੀ ਗੱਲ ਕੀਤੀ। ਉਸ ਨੇ ਦੱਸਿਆ ਕਿ ਕਿਵੇਂ ਉਹ ਭੁਲੇਖੇ ਦੇ ਵਿੱਚ ਉਹ ਗੈਂਗ ਦੇ ਨਾਲ ਫੜਿਆ ਗਿਆ। ਪਰ ਗੱਲ ਤਾਂ ਇਹ ਸੀ ਕਿ ਪੁਲਿਸ ਦੇ ਆਲਾ ਅਫਸਰ ਇਹ ਗੱਲ ਮੰਨਣ ਦੇ ਲਈ ਤਿਆਰ ਨਹੀਂ ਸਨ, ਕਿਉਂਕਿ ਪੁਲਿਸ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਅਫਰੀਕੀਆਂ ਤੋਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ ਅਤੇ ਐਡਮ ਨੂੰ ਸਿਰਫ ਸਰਦਾਰ ਅਫਸਰ ਦੇ ਕਹਿਣ 'ਤੇ ਛੱਡ ਨਹੀਂ ਸੀ ਸਕਦੇ ਕਿ ਉਹ ਬੇਗੁਨਾਹ ਹੈ। ਐਡਮ ਨੇ ਉਸ ਇੱਕ ਸਰਦਾਰ ਅਫਸਰ ਨੂੰ ਕਿਹਾ ਕਿ ਤੁਸੀਂ ਮੇਰੇ 'ਤੇ ਯਕੀਨ ਕੀਤਾ, ਇੰਨਾ ਹੀ ਬਹੁਤ ਹੈ। ਜੇਕਰ ਮੈਂ ਸੱਚਾ ਹੋਇਆ ਤਾਂ ਪਰਮਾਤਮਾ ਮੈਨੂੰ ਆਪੇ ਹੀ ਬਚਾ ਲਵੇਗਾ। ਮੈਨੂੰ ਜਾਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ। ਤੁਸੀਂ ਧਾਰਮਿਕ ਬੰਦੇ ਹੋ, ਮੈਂ ਤੁਹਾਨੂੰ ਗੱਡੀ ਦੇ ਵਿੱਚ ਡਿਊਟੀ ਸਮੇਂ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਵੇਖਿਆ ਹੈ। ਮੈਂ ਉਸ ਸਮੇਂ ਡਰਿਆ ਹੋਇਆ ਸੀ ਅਤੇ ਪਰਮਾਤਮਾ ਨੂੰ ਡਰ ਦੇ ਵਿੱਚ ਪੋਲੀ ਚੁੱਕਿਆ ਸੀ, ਪਰ ਤੁਹਾਨੂੰ ਪਰਮਾਤਮਾ ਨੂੰ ਯਾਦ ਕਰਦਿਆਂ ਵੇਖ ਮੇਰੇ ਅੰਦਰ ਵੀ ਹਿੰਮਤ ਆਈ ਅਤੇ ਤੁਹਾਡੇ ਨਾਲ ਹੀ ਮੈਂ ਵੀ ਪਰਮਾਤਮਾ ਨੂੰ ਯਾਦ ਕਰ ਲਿਆ। ਐਡਮ ਨੇ ਕਿਹਾ ਕਿ ਤੁਸੀਂ ਮੇਰੀ ਇੰਨੀ ਕੁ ਹੈਲਪ ਕਰ ਦਿਓ, ਮੇਰੀ ਫੈਮਿਲੀ ਪਰੇਸ਼ਾਨ ਹੋਵੇਗੀ, ਤੁਸੀਂ ਉਹਨਾਂ ਨੂੰ ਮਿਲ ਕੇ ਸਾਰਾ ਕੁਝ ਦੱਸ ਦਿਓ। ਉਹ ਸਰਦਾਰ ਅਫਸਰ ਉਸ ਦੀ ਫੈਮਿਲੀ ਦੇ ਕੋਲ ਚਲਿਆ ਗਿਆ। ਉੱਧਰ ਪੁਲਿਸ ਦਾ ਮੇਨ ਇਨਵੈਸਟੀਗੇਸ਼ਨ ਅਫਸਰ ਪੁਲਿਸ ਸਟੇਸ਼ਨ ਵਿੱਚ ਆਇਆ। ਉਸ ਨੇ ਸਾਰੇ ਮਾਮਲੇ ਨੂੰ ਦੇਖ ਕੇ ਚਾਰਜਸ਼ੀਟ ਦਾਖਲ ਕਰਨੀ ਸੀ ਅਤੇ ਉਹਨਾਂ ਨੂੰ ਕੋਰਟ ਲੈ ਕੇ ਜਾਣਾ ਸੀ। ਸਰਦਾਰ ਅਫਸਰ ਐਡਮ ਦੇ ਘਰ ਗਿਆ ਤਾਂ ਦੇਖਿਆ ਕਿ ਘਰ ਦੇ ਵਿੱਚ ਬਹੁਤ ਗਰੀਬੀ ਹੈ ਅਤੇ ਬੁੱਢੇ ਮਾਂ ਪਿਓ ਆਪਣੇ ਪੁੱਤਰ ਦੇ ਲਈ ਪਰੇਸ਼ਾਨ, ਸਾਰੀ ਰਾਤ ਸੋਤੇ ਨਹੀਂ। ਅਫਸਰ ਨੇ ਸਾਰੀ ਗੱਲ ਦੱਸੀ ਅਤੇ ਬੁੱਢੇ ਮਾਪਿਆਂ ਨੂੰ ਹਿੰਮਤ ਦਿੱਤੀ ਅਤੇ ਜਦੋਂ ਉਹ ਸਿੱਖ ਅਫਸਰ ਨੇ ਵਾਪਸ ਆ ਕੇ ਵੇਖਿਆ ਤਾਂ ਪੁਲਿਸ ਥਾਣੇ ਦਾ ਮਾਹੌਲ ਹੈਰਾਨੀ ਭਰਿਆ ਸੀ। ਅਸਲ ਦੇ ਵਿੱਚ ਪੁਲਿਸ ਦਾ ਮੇਨ ਇਨਵੈਸਟੀਗੇਸ਼ਨ ਅਫਸਰ ਐਡਮ ਦਾ ਕਾਲਜ ਦਾ ਦੋਸਤ ਨਿਕਲਿਆ। ਐਡਮ ਨੇ ਉਸ ਨੂੰ ਸਾਰੀ ਗੱਲਬਾਤ ਦੱਸੀ ਪਰ ਫਿਰ ਵੀ ਉਸ ਨੂੰ ਛੱਡ ਨਹੀਂ ਸੀ ਸਕਦੇ। ਸਰਦਾਰ ਅਫਸਰ ਨੇ ਕਿਹਾ ਕਿ ਮੇਰੀ ਗਰੰਟੀ ਦੇ ਉੱਪਰ ਇਸ ਨੂੰ ਛੱਡ ਦਿਓ, ਕਿਉਂਕਿ ਮੈਂ ਇਸ ਦੀ ਫੈਮਿਲੀ ਨੂੰ ਜਾਣਦਾ ਹਾਂ। ਇਹ ਗੱਲ ਚੱਲ ਹੀ ਰਹੀ ਸੀ ਕਿ ਗੈਂਗ ਦੇ ਇੱਕ ਵਿਅਕਤੀ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਅਤੇ ਉਸ ਨੇ ਦੱਸਿਆ ਕਿ ਸਾਡੇ ਗੈਂਗ ਦਾ ਇਸ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਐਡਮ ਸਾਡੇ ਨਾਲ ਦਾ ਕੋਈ ਬੰਦਾ ਹੈ।
सो इस तरह एडम नूं छड्ड दिता गया क्योंकि परमात्मा सच्चे बंदियां दे नाल हमेशा रहिंदा है। ਉਹ ਪਰਮਾਤਮਾ ਕਿਸੇ ਦਾ ਨਾਮ ਮਾੜਾ ਕਰਨ ਵਾਲੇ ਵਿਅਕਤੀ ਨਾਲ ਹਰ ਥਾਂ ਹਰ ਪਲ ਸਹਾਈ ਹੁੰਦਾ ਹੈ। ਇਹ ਸਾਰੀ ਘਟਨਾ ਉਸ ਪੁਲਿਸ ਅਫਸਰ ਨੇ ਸੱਚਾਈ ਦੀ ਜਿੱਤ ਨੂੰ ਦਰਸਾਉਣ ਦੇ ਲਈ ਸਾਂਝੀ ਕੀਤੀ ਸੀ ਅਤੇ ਅੱਜ ਕੱਲ੍ਹ ਉਹ ਪੁਲਿਸ ਦੇ ਵਿੱਚੋਂ ਰਿਟਾਇਰ ਹੋ ਗਏ ਨੇ ਅਤੇ ਨਿਊਯਾਰਕ ਦੇ ਵਿੱਚ ਰਹਿ ਰਹੇ ਨੇ।